असलामो अलैकम जी। जेड़े भरा अपनिया भैणा दे नाल नाराज़ ने मेरी वीडियो उन्हां भरावां वास्ते आ वीडियो मेरी एंड तक वेखनी है। 60 साल की बुढ़ी भैण रात नू 12 बजे अपने भरा दे घर बुढ़े हाथ जोड़ के भरा दे पैर फड़ के माफ़ी मंग रही है ते उन्हूं मना रही है अपने भरा नू कि भरावा सारियां गलतियां जिहड़ियां सी मेरियां सी, सारियां कुताहियां मेरियां सी, सारे कसूर मेरे सी, मैं मन नहीं आ सारा कुछ, सारा जो कीता मैं कीता, तेरी कोई गलती नहीं, लेकिन तेनू खुदा दा वास्ता ही तू मेरे पुत्र दी बरात दे विच सुबह शरीक हो जावीं, मेरे पुत्र दी बरात दे विच आ जावीं, मेरे पुत्र दी बरात दे नाल चला जावीं। अगर तू सुबह मेरे पुत्र दी शादी च शरीक ना होया ते लोग मैनू की कहणगे, मैं किड्डी बेबराती हाँ, किड्डी बदकिस्मत हाँ कि मेरा भरा बरात दे विच शामिल नहीं होया। ते भरा अगों भैण नूं कहिंदा कि मेरियां भैणां मेरे वास्ते मर गईआं ते इत्थों चली जा, मैं नहीं आना। भैण आखरी हरबा इस्तेमाल करदिआं होइआ अपना सिर तों दुपट्टा ला के भरा दे पैरां 'च रख दिंदी है ते दिल 'च सोचदी है मेरे भरा दा जिहड़ा पत्थर जैसा दिल है हुण ते पिघलेगा, हुण ते इहनूं मेरी गल मन्नणी पएगी। लेकिन भैण दा आखरी हरबा भी जिहड़ा ਉਹ ਨਾਕਾਮ ਰਿਹਾ, ਭੈਣ ਨੇ ਗੱਲ ਨਾ ਭਰਾ ਨੇ ਗੱਲ ਨਾ ਮੰਨੀ ਭੈਣ ਦੀ ਅਤੇ ਭੈਣ ਦੇ ਦੁਪੱਟੇ ਨੂੰ ਠੁੱਡਾ ਮਾਰ ਕੇ ਸਾਈਡ 'ਤੇ ਕਰ ਦਿੱਤਾ ਅਤੇ ਨਾਲੇ ਕਿਹਾ ਕਿ ਮੇਰੇ ਘਰ 'ਚੋਂ ਨਿਕਲ ਜਾ, ਮੇਰੇ ਵਾਸਤੇ ਤੂੰ ਮਰ ਗਈ ਹੈ ਅਤੇ ਦੁਬਾਰਾ ਮੇਰੇ ਘਰ 'ਚ ਨਾ ਆਵੀਂ। ਅਤੇ ਕੋਲ ਖਲੋਤਾ ਭੈਣ ਦਾ ਜਵਾਨ ਪੁੱਤਰ ਆਪਣੀ ਮਾਂ ਨੂੰ ਕਹਿੰਦਾ, ਮਾਂ ਕੋਈ ਬਰਾਤ 'ਚ ਆਵੇ ਜਾਂ ਨਾ ਆਵੇ, ਕੋਈ ਸ਼ਾਦੀ 'ਚ ਆਵੇ ਜਾਂ ਨਾ ਆਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਚੱਲ ਚੱਲੀਏ, ਸ਼ਾਦੀ ਧੂਮਧਾਮ ਦੇ ਨਾਲ ਹੋਏਗੀ। ਅਤੇ ਭੈਣ ਰੋ ਕੇ ਆਪਣੇ ਪੁੱਤਰ ਨੂੰ ਕਹਿੰਦੀ ਹੈ, ਬੇਟਾ ਤੂੰ ਚੁੱਪ ਕਰ ਜਾ, ਇਹ ਮਾਮਲਾ ਮੇਰਾ ਔਰ ਮੇਰੇ ਵੀਰ ਦਾ ਹੈ। ਬੜਾ ਮਨਾਇਆ ਭੈਣ ਨੇ, ਭਰਾ ਨਾ ਮੰਨਿਆ। ਖੈਰ ਭੈਣ ਰੋਂਦੀ ਹੋਈ ਰਾਤ ਨੂੰ 12-1 ਵਜੇ ਭਰਾ ਦੇ ਘਰੋਂ ਨਿਕਲੀ ਅਤੇ ਭਰਾ ਨੂੰ ਕਿਸੇ ਨੇ ਪੁੱਛਿਆ ਕਿ ਆਖਰ ਭੈਣ ਦੇ ਨਾਲ ਤੇਰੀ ਕੀ ਨਾਰਾਜ਼ਗੀ ਹੈ ਸੀ ਜਿਹੜਾ ਤੂੰ ਸ਼ਾਦੀ 'ਚ ਨਹੀਂ ਜਾ ਰਿਹਾ। ਅਤੇ ਭਰਾ ਕਹਿੰਦਾ ਕਿ ਮੈਨੂੰ ਇਹਨੇ ਜਦੋਂ ਆਪਣੇ ਪੁੱਤਰ ਦਾ ਰਿਸ਼ਤਾ ਕੀਤਾ ਤਾਂ ਮੈਨੂੰ ਪੁੱਛਿਆ ਨਹੀਂ, ਮੇਰੇ ਕੋਲ ਮਸ਼ਵਰਾ ਨਹੀਂ ਕੀ ਲਿਆ, ਮੈਨੂੰ ਨਾਲ ਨਹੀਂ ਲਿਆ ਕੇ ਗਈ। ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ ਕਿ ਸਸੁਰਾਲ ਦੇ ਵਿੱਚ ਕਿਹੜੀ ਕੁੜੀ ਕੋਲੋਂ, ਕਿਹੜੀ ਬੇਟੀ ਕੋਲੋਂ, ਕਿਹੜੀ ਨੂੰਹ ਕੋਲੋਂ ਮਸ਼ਵਰਾ ਲਿਆ ਜਾਂਦਾ ਹੈ, ਜਾਂ ਕਿਹੜੀ ਬੇਟੀ ਨੂੰ ਕਿਹਾ ਜਾਂਦਾ ਹੈ, ਨੂੰਹ ਨੂੰ ਕਿਹਾ ਜਾਂਦਾ ਕਿ ਜਾ ਆਪਣੇ ਮੈਕੇ ਵਾਲਿਆਂ ਨੂੰ ਪੁੱਛ ਕੇ ਆ ਕਿ ਮੈਂ ਪੁੱਤਰ ਦਾ ਵਿਆਹ ਲੱਗੀ ਹਾਂ ਕਰਨ? ਕੋਈ ਇਜਾਜ਼ਤ ਦਿੰਦਾ, ਕੋਈ ਇਜਾਜ਼ਤ ਨਹੀਂ ਦਿੰਦਾ। ਅਤੇ ਕੋਈ ਖੁਦਾ ਦਾ ਖੌਫ ਕਰਿਆ ਕਰੋ, ਭੈਣਾਂ ਨੂੰ ਨਾਰਾਜ਼ ਨਾ ਕਰਿਆ ਕਰੋ।